ਜਿਹੜਾ ਅੱਗੇ ਤੱਕ ਜਾਣਾ ਕੌਣ ਆ ਕਿੱਥੋਂ ਆਏ ਆ ਕਿੱਥੋਂ ਜਿੱਟਾ ਲੈ ਜਾਂ ਧੁਰ ਤੱਕ ਜਾਣਾ ਪਾ ਇਹ ਤਾਂ ਮਤਲਬ ਅੱਗੇ ਤੱਕ ਜਾਣਾ ਉਹ ਪਰਮਾਤਮਾ ਦੇਖੋ ਸਤਰ ਤੱਕ ਕਿਸ ਉਹਨਾਂ ਦੀ ਪਾਵਨ ਜਿਹਨਾਂ ਨੇ ਭੇਜਿਆ ਉਹ ਲੋਕ ਆ ਜਿਹੜੇ ਜਿਹੜੇ ਇਸ ਸਮਗਲਰ ਜਾਂ ਜਿਹੜੇ ਇਹਨੂੰ ਕਹਿੰਦੇ ਵੀ ਕਿਉਂ ਹੋ ਰਹੀ ਹੈ ਮੈਂ ਤਕੜੀ ਉਹਨੂੰ ਖਤਮ ਕਰਨ ਖਾਤਰ ਗਲਤ ਕੰਮ ਕਰ ਰਹੇ ਆ ਜਿਹੜੇ ਪਿੱਛੇ ਸਾਜਿਸ਼ ਹੈ ਕਿਸੇ ਨੂੰ ਬਖਸ਼ ਰਹੇ ਹਨ। ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿੱਚ ਪੈਂਦੇ ਪਿੰਡ ਸਧਾਣਾ ਵਿਖੇ ਬੀਤੀ ਰਾਤ ਠੀਕਰੀ ਪਹਿਰਾ ਦੇ ਰਹੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਮੈਂਬਰ ਦਾ ਕਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਨਸ਼ਿਆਂ ਦੀ ਰੋਕਥਾਮ ਦੇ ਲਈ ਅੱਗੇ ਆਏ ਲੋਕਾਂ ਤੇ ਹਮਲੇ ਤਾਂ ਹੁੰਦੇ ਆਏ ਨੇ ਪਰ ਇਹ ਕਤਲ ਵਰਗੀ ਵਾਰਦਾਤ ਪਹਿਲੀ ਵਾਰ ਸਾਹਮਣੇ ਆਈ ਹੈ। ਪਿੰਡ ਸਧਾਣਾ ਵਿਖੇ ਕਤਲ ਕੀਤੇ ਨੌਜਵਾਨ ਦੀ ਪਹਿਚਾਣ ਜਸਵੀਰ ਸਿੰਘ ਦੇ ਤੌਰ ਤੇ ਹੋਈ ਹੈ। ਮੁੱਢਲੇ ਤੌਰ ਤੇ ਸਾਹਮਣੇ ਆਇਆ ਕਿ ਨੌਜਵਾਨ ਦੀ ਹੱਤਿਆ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ 2 ਦੱਸੀ ਗਈ ਹੈ। ਮ੍ਰਿਤਕ ਦੇ ਭਰਾ ਜਗਸੀਰ ਸਿੰਘ ਨੇ ਇਹ ਦੱਸਿਆ ਕਿ ਪਿੰਡ ਸਧਾਣਾ ਦੇ ਵਿੱਚ ਨਸ਼ਾ ਕਮੇਟੀ ਬਣਾ ਕੇ ਦਿਨ ਰਾਤ ਪਹਿਰੇਦਾਰੀ ਕੀਤੀ ਜਾ ਰਹੀ ਸੀ। ਠੀਕਰੀ ਪਹਿਰਾ ਨੌਜਵਾਨਾਂ ਦੇ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਸੀ ਤਾਂ ਉਸੇ ਵੇਲੇ ਹੀ ਇਹ ਘਟਨਾ ਵਾਪਰੀ ਹੈ। ਸ਼ਨੀਵਾਰ ਰਾਤ ਨੂੰ ਪਿੰਡ ਨੂੰ ਆਉਣ ਜਾਣ ਵਾਲੇ ਰਸਤਿਆਂ ਦੇ ਉੱਪਰ ਨਸ਼ਾ ਕਮੇਟੀ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਇਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ 2 ਜਾਣੇ ਆਉਂਦੇ ਨੇ ਜਿਨ੍ਹਾਂ ਨੂੰ ਕਮੇਟੀ ਮੈਂਬਰਾਂ ਨੇ ਰੋਕਣਾ ਚਾਹਿਆ ਪਰ ਉਹ ਨਾਕਾ ਤੋੜ ਕੇ ਭੱਜ ਨਿਕਲੇ। ਕਮੇਟੀ ਮੈਂਬਰਾਂ ਨੇ ਇਸ ਦੀ ਸੂਚਨਾ ਨਾਕੇ ਤੇ ਤਾਇਨਾਤ ਜਸਵੀਰ ਸਿੰਘ ਨੂੰ ਦਿੱਤੀ ਜਿੱਥੇ ਦੋਵਾਂ ਮੋਟਰਸਾਈਕਲ ਸਵਾਰਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਇਸ ਦੌਰਾਨ ਉਹਨਾਂ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਜਸਵੀਰ ਸਿੰਘ ਦਾ ਕਤਲ ਕਰ ਦਿੱਤਾ ਹੈ। ਪਿੰਡ ਵਾਸੀਆਂ ਦੇ ਵੱਲੋਂ ਦੋਵਾਂ ਨੌਜਵਾਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸਰਕਾਰੀ ਤੌਰ ਤੇ ਇਸ ਮਾਮਲੇ ਦਾ ਅਜੇ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ। ਪਤਾ ਲੱਗਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਥੇ ਹੀ ਮੌਕੇ ਤੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਵੀ ਪਹੁੰਚੇ ਤੇ ਵਿਸ਼ਵਾਸ ਦਵਾਇਆ ਕਿ ਦੋਸ਼ੀ ਕਿਸੇ ਵੀ ਹਾਲਤ ਦੇ ਵਿੱਚ ਬਖਸ਼ੇ ਨਹੀਂ ਜਾਣਗੇ। ਬਲਕਾਰ ਸਿੰਘ ਸਿੱਧੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਅਸੀਂ ਨਸ਼ਾ ਖਤਮ ਕਰਨਾ ਤੇ ਇਸ ਮੁੱਦੇ ਨੂੰ ਰਾਜਨੀਤਿਕ ਮੁੱਦਾ ਨਹੀਂ ਬਣਾਉਣਾ। ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਤੱਕ ਅਸੀਂ ਆਪਣੇ ਬਹੁਤ ਨੌਜਵਾਨ ਮਰਵਾ ਚੁੱਕੇ ਹਾਂ। ਤੁਹਾਡੇ ਨਾਲ ਤੁਸੀਂ ਸਾਡੇ ਨਾਲ ਠੀਕ ਨਾਲ ਮਿਲ ਕੇ ਆਪਾਂ ਜਿਹੜਾ ਹਰ ਨਸ਼ਿਆਂ ਦਾ ਜਿਹੜਾ ਰੋਕਣ ਦਾ ਅਭਿਆਨ ਚਲਾਇਆ ਹੋਇਆ ਤੇ ਉਹਦੇ 'ਚ ਜਿਹੜੇ ਸਾਡੇ ਸਾਥੀ ਦੀ ਜਿਹੜੀ ਲੱਗੀ ਇਹ ਸਾਡੇ ਤੇ ਅਟੈਕ ਹੈ ਆਪਣੇ ਸਾਰਿਆਂ ਦੇ ਉੱਤੇ ਅਟੈਕ ਹੈ ਜਿਹੜੇ ਨਸ਼ੇ ਵਿਰੋਧੀ ਮੁਹਿੰਮ ਹੈ ਉਹਦੇ 'ਤੇ ਅਟੈਕ ਹੈ। ਠੀਕ ਹੈ ਇਹ ਬੰਦਿਆਂ ਨੂੰ ਆਪਾਂ ਛੱਡਣਾ ਨਹੀਂ ਹੈਗਾ ਬਿਲਕੁਲ ਵੀ ਇੱਕ ਪਾਸੇ ਹੋ ਗਿਆ ਦੂਜਾ ਆਪਾਂ ਰਾਉਂਡ ਅਪ ਕਰਕੇ ਜਲਦ ਤੋਂ ਜਲਦ ਆਪਾਂ ਕਰਾਂਗੇ ਜਿਹੜਾ ਅੱਗੇ ਤੱਕ ਜਾਣਾ ਕੌਣ ਆ ਕਿੱਥੋਂ ਆਏ ਆ ਕਿੱਥੋਂ ਜਿੱਟਾ ਲੈ ਜਾਂ ਧੁਰ ਤੱਕ ਜਾਣਾ ਪਾ ਜਿਹੜਾ ਬੱਚਾ ਨਾ ਹੋ ਗਈ 13 ਸਾਲ ਦਾ ਕੱਲਾ ਬੱਚੇ ਘਰ ਵਾਲੇ ਹੈ ਨਹੀਂ ਬਿਲਕੁਲ ਜੀ ਬਿਲਕੁਲ ਸਾਰੀ ਕਰ ਰਹੀ ਹੋਊਗੀ ਪੂਰੀ ਸਾਹਮਣੇ ਹੋਊਗੀ ਤੁਹਾਡੇ ਨਾਲ ਲੜ ਕੇ ਜਿਹੜੇ ਬੰਦੇ ਆ ਕਿੱਥੋਂ ਆਏ ਆ ਕਿੱਥੋਂ ਜਿੱਟਾ ਲੈ ਕੇ ਆਏ ਆ ਇਹ ਤਾਂ ਮਤਲਬ ਅੱਗੇ ਤੱਕ ਜਾਣਾ ਉਹ ਪਰਮਾਤਮਾ ਦੇਖੋ ਸਤਰ ਤੱਕ ਇਸ ਉਹਨਾਂ ਦੀ ਪਾਵਨ ਜਿਹਨਾਂ ਨੇ ਭੇਜਿਆ ਉਹ ਇਹਨੂੰ ਇਹਨੂੰ ਟਾਰਚਰ ਕਰੋ ਇਹ ਡੈਰੋਗੇਟ ਕਰੋ ਇਹਨਾਂ ਨੂੰ ਡੈਰੋਗੇਟ ਕਰਕੇ ਪੁੱਛੋ ਵੀ ਕਿਹੜੀ ਸਾਜ਼ਿਸ਼ ਆ ਜਿਹੜੇ ਬੰਦੇ ਆਏ ਕੇ ਮਾਰ ਦੂਗਾ ਤੁਹਾਨੂੰ ਠੀਕ ਹੈ ਨਾ ਇਹ ਸਾਡੀ ਪਹਿਲੇ ਤਕੜੀ ਹੁੰਦੀ ਜਾਂਦੀ ਆ ਉਹ ਲੋਕ ਆ ਜਿਹੜੇ ਜਿਹੜੇ ਇਸ ਸਮਗਲਰ ਜਾਂ ਜਿਹੜੇ ਇਹਨੂੰ ਕਹਿੰਦੇ ਵੀ ਕਿਉਂ ਹੋ ਰਹੀ ਹੈ ਮੈਂ ਤਕੜੀ ਉਹਨੂੰ ਖਤਮ ਕਰਨ ਖਾਤਰ ਗਲਤ ਕੰਮ ਕਰ ਰਹੇ ਆ ਜਿਹੜੇ ਪਿੱਛੇ ਸਾਜ਼ਿਸ਼ ਆ ਕਿਸੇ ਨੂੰ ਬਖਸ਼ ਰਹੇ ਕੋਈ ਵੀ ਹੋਵੇ ਬਿਲਕੁਲ ਜਿਹਦਾ ਵੀ ਮਰਜ਼ੀ ਹੋਵੇ ਕੋਈ ਤਾਕਤਵਰ ਹੋਵੇ ਕੋਈ ਕਿਸੇ ਨੂੰ ਬਖਸ਼ ਰਹੇ ਠੀਕ ਹੈ ਨਾ ਨਾ ਬਖਸ਼ਣਾ ਤੇ ਨਾ ਹੀ ਕੋਈ ਜਿਹਦੀ ਪਾਰਟੀ ਵਾਈਜ਼ ਉੱਪਰ ਗਏ ਧਰਮ ਤੋਂ ਉੱਪਰ ਉੱਠ ਕੇ ਜਿਹੜਾ ਨਸ਼ਾ ਖਤਮ ਕਰਨ ਲੱਗਿਆ ਉਹਦੇ ਇਹ ਸਾਡੇ ਸ਼ੇਰ ਦੀ ਕੁਰਬਾਨੀ ਦਿੱਤੀ ਸਾਡੇ ਲਈ ਇਹ ਇਹ ਅਸੀਂ ਬਖਸ਼ਣ ਵਾਲੀ ਗੇਮ ਜੀ ਨੇ ਬਿਲਕੁਲ ਦੱਸਦੀਏ ਕਿ ਪਿੰਡ ਸਧਾਣਾ ਸਾਬਕਾ ਗੈਂਗਸਟਰ ਤੇ ਮੌਜੂਦਾ ਸਮਾਜ ਸੇਵੀ ਸਿਆਸੀ ਨੇਤਾ ਵੀ ਮੰਨੇ ਜਾਂਦੇ ਲੱਖਾ ਸਧਾਣਾ ਦਾ ਪਿੰਡ ਹੈ ਜਿੱਥੇ ਨਸ਼ਾ ਵਿਰੋਧੀ ਇੱਕ ਕਮੇਟੀ ਬਣੀ ਹੋਈ ਸੀ। ਠੀਕਰੀ ਪਹਿਰਾ ਨੌਜਵਾਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਸੀ ਤਾਂ ਉਸੇ ਦੌਰਾਨ ਹੀ ਇਹ ਘਟਨਾ ਵਾਪਰਦੀ ਹੈ। ਬਠਿੰਡਾ ਤੋਂ ਅਮਨਦੀਪ ਗੋਸਲ ਦੀ ਰਿਪੋਰਟ।